ਹਾਈਟੈਕ ਨਾਕਾ ਗੋਇੰਦਵਾਲ ਪੁਲ ਤੇ ਇੱਕ ਵਿਅਕਤੀ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਇਆ ਵਿਵਾਦ, ਵੀਡੀਓ ਹੋਈ ਵਾਇਰਲ। ਹਾਈਟੈਕ ਨਾਕਾ ਗੋਇੰਦਵਾਲ ਪੁਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਰਾਹਗੀਰ ਪਰਿਵਾਰ ਵੱਲੋਂ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਜਿਸ ਵਿੱਚ ਪੰਜਾਬ ਪੁਲਿਸ ਦਾ ਕਰਮਚਾਰੀ ਗੁੰਡਾਗਰਦੀ ਦਾ ਨੰਗਾ ਨਾਚ ਕਰਦਾ ਨਜ਼ਰ ਆ ਰਿਹਾ ਹੈ, ਜਿਸ ਦੌਰਾਨ ਉਕਤ ਮੁਲਾਜ਼ਮ ਸਿਵਲ ਵਰਦੀ ਵਿੱਚ ਉਕਤ ਨੌਜਵਾਨ ਦੀ ਕੁੱਟਮਾਰ ਕਰ ਰਿਹਾ ਹੈ ਅਤੇ ਵੀਡੀਓ ਵਿੱਚ ਇੱਕ ਵਿਅਕਤੀ ਜਿਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਹੈ, ਜਿਸ ਵਿੱਚ ਇੱਕ ਔਰਤ ਵੀ ਪੁਲਿਸ ਕਰਮੀਆਂ ਦੇ ਹਾੜੇ ਕੱਢਦੀ ਦਿਖਾਈ ਦੇ ਰਹੀ ਹੈ। ਉਕਤ ਵਿਅਕਤੀ ਸਮੇਤ ਇਸ ਮਾਮਲੇ ਵਿੱਚ ਉਕਤ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਿ ਗੋਇੰਦਵਾਲ ਦੇ ਇੱਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ। ਉਕਤ ਵਿਅਕਤੀ ਦਾ ਪੁਲਿਸ ਤੇ ਇਲਜ਼ਾਮ ਹੈ ਕਿ ਉਸਦੇ ਪਰਿਵਾਰ ਨਾਲ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਬਦਸਲੂਕੀ ਕੀਤੀ ਗਈ ਹੈ। ਇਸ ਦੌਰਾਨ ਦੂਜੇ ਪਾਸੇ ਪੁਲਿਸ ਦੇ 3 ਕਰਮਚਾਰੀ ਵੀ CHC ਟਿੱਬਾ ਵਿਖੇ ਦਾਖਲ ਹਨ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪੁਲਿਸ ਕਰਮੀ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਵੱਲੋਂ ਪੁਲਿਸ ਕਰਮਚਾਰੀ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਸਾਨੂੰ ਹਥਿਆਰਾਂ ਨਾਲ ਜ਼ਖਮੀ ਕੀਤਾ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੱਡੇ ਅਧਿਕਾਰੀਆਂ ਦੇ ਵੱਲੋਂ ਤਫਤੀਸ਼ ਜਾਰੀ ਹੈ। ਮੇਰਾ ਨਾਮ ਡਾਕਟਰ ਸੂਰਜ ਸ਼ਰਮਾ ਹੈ। ਸਾਡੇ ਕੋਲ 11:30 ਵਜੇ ਦੇ ਕਰੀਬ 12:30 ਸੋਰੀ 12:30 ਵਜੇ ਦੇ ਕਰੀਬ 3 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸੱਟਾਂ ਲੱਗਣ ਕਾਰਨ ਦਾਖਲ ਹੋਏ ਨੇ ਅਤੇ ਉਹਨਾਂ ਦਾ ਨਾਮ ਹੈ ਸਤਨਾਮ ਸਿੰਘ ਸਨ ਆਫ ਸਾਧੂ ਸਿੰਘ, ਦਿਆਲ ਚੰਦ ਸਨ ਆਫ ਤੀਰਥ ਰਾਮ ਅਤੇ ਜਸ਼ਨਦੀਪ ਸਿੰਘ ਸਨ ਆਫ ਅਮਰਪਾਲ ਸਿੰਘ। ਇਹਨਾਂ ਦੀ MLR ਪ੍ਰਿਪੇਅਰ ਕੀਤੀ ਗਈ ਆ ਅਤੇ ਫਰਦਰ ਇਹਨਾਂ ਦੇ ਸਰਜੀਕਲ ਜਾਂ ਸਪੈਸ਼ਲਿਸਟ ਓਪੀਨੀਅਨ ਲੈ ਕੇ ਉਸ ਵਾਸਤੇ ਉਹਨਾਂ ਨੂੰ ਸਿਵਲ ਹੋਸਪਿਟਲ ਕਪੂਰਥਲਾ ਭੇਜਿਆ ਜਾਏਗਾ। ਗੱਲ ਕਰੋ ਅਤੇ ਕਹਿੰਦੇ ਤੂੰ ਬੋਲਦਾ ਕਿੱਦਾਂ ਵਾ? ਕਹਿੰਦੇ ਭਾਅ ਜੀ ਸਾਹਿਬ ਜੀ ਮੈਂ ਤਾਂ ਕੋਈ ਗਲਤ ਨਹੀਂ ਕਿਹਾ, ਮੋਟਰਸਾਈਕਲ ਮੇਰਾ ਆਪਣਾ ਵਾ, ਇਹ ਚੋਰੀ ਦਾ ਨਹੀਂ ਆ। ਅਤੇ ਉਹ ਮੈਡਮ ਕਹਿੰਦੀ ਕਹਿੰਦੀ ਤੂੰ ਅੱਗੇ ਵੀ ਮੋਟਰਸਾਈਕਲ ਖਿਲਾਰਦੇ ਨੇ ਵੀ ਬੜਾ ਦੀ ਮਜਾਜ ਨਾਲ ਖਿਲਾਰਿਆ। ਕਹਿੰਦੇ ਮੈਡਮ ਸਾਈਡ 'ਤੇ ਲਾਉਣਾ ਸੀ, ਹੁਣ ਮੈਂ ਵਿਚਕਾਰ ਥੋੜ੍ਹੀ ਖੜ ਦੇਣਾ ਹੈ। ਇਸੇ ਗੱਲੋਂ ਉਹ ਸਿਵਲ ਦੂਸਰੇ ਵਰਦੀ ਵਾਲਾ ਜਿਹੜਾ ਵਰਦੀ ਵਿੱਚ ਆ ਉਹ ਕਹਿਣ ਡਿਆ ਵੀ ਤੈਨੂੰ ਖੂਨ ਦੀ ਨਹੀਂ ਮੱਤ, ਤੂੰ ਬੋਲਦਾ ਕਿੱਦਾਂ? ਜਿਹੜਾ ਸਿਵਲ ਵਰਦੀ ਵਾਲੇ 3 ਜਣੇ ਉਹ ਆਏ ਆ ਉਹ ਇਹਨਾਂ ਦੇ ਚਪੇੜਾਂ ਮਾਰਨ ਲੱਗ ਪਏ ਆ। ਜਿਹੜੀ ਮੈਡਮ ਆ ਉਹਨੇ ਮੈਨੂੰ ਫੜ ਲਿਆ ਵਾ, ਉਹ ਮੈਨੂੰ ਫੜ ਕੇ ਧੂ ਹੀ ਗਈ ਆ ਮੇਰੇ ਘਰ ਵਾਲੇ ਨੂੰ ਆਰਲੇ ਪਾਸੇ ਉਹ ਮਾਰਦੇ ਮਾਰਦੇ ਪਾਰਲੇ ਪਾਸੇ ਲੈ ਗਏ ਆ ਦਰਵਾਜ਼ ਵਾਲੇ ਪਾਸੇ। ਇਹ ਜੀ ਮੇਰੇ ਪਿੰਡ ਦਾ ਇੱਕ ਬਹੁਤ ਸਾਊ ਪਰਿਵਾਰ ਆ, ਮੁੰਡੇ ਦਾ ਨਾਂ ਹਰਜੀਤ ਸਿੰਘ ਆ ਅਤੇ ਇਹ ਮਜ਼ਦੂਰੀ ਦਾ ਕੰਮ ਕਰਦਾ। ਇਹਨੇ ਕੁਛ ਦਿਨ ਬਾਅਦ ਕੰਪਨੀ ਦੇ ਵਿੱਚ ਜਾਣਾ ਸੀ ਅਤੇ ਇਹ ਆਪਣੀ ਉੱਥੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਆਪਣੀ ਵਾਈਫ ਅਤੇ ਆਪਣੀ ਬੇਟੀ ਦੇ ਨਾਲ ਜਾ ਰਹੇ ਸੀ। ਗੋਇੰਦਵਾਲ ਜਿਹੜਾ ਦਰਿਆ ਬਿਆਸ ਵਾਲਾ ਪੁਲ ਜਿਹੜਾ ਹਾਈਟੈਕ ਨਾਕਾ ਵਾ ਉਹਦੇ ਉੱਤੇ ਇਹਨਾਂ ਨੂੰ ਉਹਨਾਂ ਨੇ ਰੋਕ ਕੇ ਇਹਨਾਂ ਦੇ ਡਾਕੂਮੈਂਟ ਚੈੱਕ ਕਰਨੇ ਸੀ। ਇਹਨਾਂ ਨੇ ਆਪਣਾ ਮੋਟਰਸਾਈਕਲ ਰੋਕਦਿਆਂ ਬੱਚੇ ਨਾਲ ਹੋਣ ਕਰਕੇ ਥੋੜ੍ਹਾ ਜਿਹਾ ਅੱਗੇ ਕਰਕੇ ਰੋਕਿਆ, ਜਿਸ ਕਰ ਤੋਂ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਉਹ ਥੋੜ੍ਹੇ ਜਿਹੇ ਚਿੜ 'ਚ ਆ ਗਏ ਇਹਨਾਂ ਦੇ ਵੀ ਤੁਸੀਂ ਮੋਟਰਸਾਈਕਲ ਅੱਗੇ ਕਿਉਂ ਰੋਕਿਆ। ਜੋ ਇਹਨਾਂ ਦੇ ਦੱਸਣ ਮੁਤਾਬਕ ਆ ਮੈਂ 1.5 ਘੰਟੇ ਬਾਅਦ ਉੱਥੇ ਪਹੁੰਚ ਗਿਆ, ਮਤਲਬ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਅਤੇ ਉੱਥੇ ਚੀਕ ਝਾੜਾ ਪੈ ਗਿਆ। 1.5 ਘੰਟੇ ਬਾਅਦ ਮੈਂ ਪਹੁੰਚਿਆ। ਮੇਰੇ ਜਾਣ ਤੋਂ ਪਹਿਲਾਂ ਜਿਹੜੀ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਕੁੱਟਮਾਰ ਕੀਤੀ, ਉਹ ਦੱਸਿਆ ਵੀ 3-4 ਬੰਦੇ ਜਿਹੜੇ ਮੁਲਾਜ਼ਮ ਵਰਦੀ ਸੀ, 2 ਬੰਦੇ ਜਿਹੜੇ ਸਿਵਲ ਸੀ, ਸਿਵਲ 'ਚ ਵਾਲਿਆਂ ਜ਼ਿਆਦਾ ਕੁੱਟਿਆ। ਕੋਈ ਕਿਸਾਨ ਜੋ ਨਹੀਂ ਆਉਂਦੇ, ਕੋਈ ਜ਼ਿੰਮੇਵਾਰ ਜਿਹੜੇ ਮੋਹਤਬਾਰ ਵਿਅਕਤੀ ਉਹ ਲੰਘ ਕੇ ਜਾਣ ਡੇ, ਉਹਨਾਂ ਨੇ ਇਹਨਾਂ ਦੀ ਜਦੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜੇ ਪੁਲਿਸ ਦੇ ਕਰਮਚਾਰੀ ਉਹ ਜਾਣਦੇ ਹੋਏ ਕਾਨੂੰਨ ਨੂੰ ਜਾਣਦੇ ਹੋਏ ਵੀ ਜਿਹੜੀ ਸਾਡੀ ਵੀਡੀਓ ਵਾਇਰਲ ਨਾ ਹੋ ਜਾਵੇ ਉਹ ਸਾਈਡ 'ਤੇ ਹੋ ਗਏ, ਅਤੇ ਜਿਹੜੇ ਬਿਨਾਂ ਵਰਦੀ ਤੋਂ ਸਿਵਲ ਵਰਦੀ ਜਿਵੇਂ ਉਹ ਇਹਨੂੰ ਕੁੱਟਦੇ ਮਾਰਦੇ ਰਹੇ। ਪੁਲਿਸ ਦਾ ਦੋਸ਼ ਇਹ ਆ ਕਿ ਇਸ ਬੰਦੇ ਨੇ ਮੌਕੇ 'ਤੇ ਦਾਰੂ ਪੀਤੀ ਆ। ਮੈਂ ਇਸ ਚੀਜ਼ ਦਾ ਅਗਵਾਹ ਹਾਂ ਵੀ ਇਸ ਬੰਦੇ ਨੇ ਕਦੀ ਕੋਈ ਨਸ਼ਾ ਨਹੀਂ ਕੀਤਾ। ਇਹਦੇ ਬਾਰੇ ਜੀ ਇਹੀ ਆ ਕਿ ਸਾਡੀ ਇੱਥੇ ਡਿਊਟੀ ਆ ਕੇ ਅਸੀਂ ਹਰ ਵਿਅਕਤੀ ਨੂੰ ਚੈੱਕ ਕਰਦੇ ਹਾਂ ਫਿਜੀਕਲ ਤੌਰ 'ਤੇ। ਕੋਈ ਵੀ ਕਿਸੇ ਦਾ ਬੈਗ ਜਾਂ ਕੋਈ ਸਮਾਨ ਹੁੰਦਾ ਤਾਂ ਉਹਨੂੰ ਚੈੱਕ ਕੀਤਾ ਜਾਂਦਾ ਵਾ ਜੀ। ਇੱਕ ਵਿਅਕਤੀ ਆ ਰਿਹਾ ਸੀਗਾ, ਉਸ ਨੂੰ ਸਾਡੇ ਹੈੱਡ ਕਾਂਸਟੇਬਲ ਚਰਨਜੀਤ ਕੌਰ ਨੇ ਉਹਨਾਂ ਨੂੰ ਰੋਕਿਆ। ਮੈਂ ਥੋੜ੍ਹੀ ਦੂਰੀ 'ਤੇ ਖੜ੍ਹਾ ਸੀ ਔਰ ਉਸ ਵਿਅਕਤੀ ਨੇ ਉੱਥੇ ਰੁਕਦਿਆਂ ਸਾਰ ਹੀ ਉਸ ਲੜਕੀ ਜਿਹੜੇ ਸਾਡੇ ਹੈੱਡ ਕਾਂਸਟੇਬਲ ਸੀਗੇ ਉਹਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਕੋਈ ਚੋਰ ਨਹੀਂ, ਤੁਸੀਂ ਮੈਨੂੰ ਕਿੱਦਾਂ ਰੋਕ ਲਿਆ, ਕੀ ਅਧਿਕਾਰ ਤੁਹਾਨੂੰ ਰੋਕਣ ਦਾ।